ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਐਮਪੀ ਸੁਸ਼ੀਲ ਰਿੰਕੂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਆਪ ਦੇ ਐਮਪੀ ਨੇ ਸੁਸ਼ੀਲ ਰਿੰਕੂ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ, ਸੁਨੀਲ ਜਾਖੜ ਦੇ ਵੱਲੋਂ ਸ਼ਾਮਲ ਕਰਵਾਇਆ ਗਿਆ ਹੈ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਬੀਜੇਪੀ ਦੇ ਵਿੱਚ। ਤਾਂ ਦੱਸ ਦਈਏ ਕਿ ਐਮਐਲਏ ਸ਼ੀਤਲ ਅੰਗੂਰਾਲ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਤਾਂ ਐਮਐਲਏ ਸ਼ੀਤਲ ਅੰਗੂਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਦੋਨੋਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ, ਕਾਂਗਰਸ ਤੋਂ ਬਾਅਦ ਹੁਣ ਆਪ ਨੂੰ ਦੋ ਵੱਡੇ ਝਟਕੇ ਲੱਗੇ ਨੇ, ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਆਪ ਦੇ ਦੋ ਵੱਡੇ ਨੇਤਾ ਜਲੰਧਰ ਤੋਂ ਐਮਪੀ ਸੁਸ਼ੀਲ ਰਿੰਕੂ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ, ਅਤੇ ਜਲੰਧਰ ਦੇ ਹੀ ਐਮਐਲਏ ਸ਼ੀਤਲ ਅੰਗੂਰਾਲ ਆਪ ਦੇ ਐਮਐਲਏ ਨੇ, ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਤਾਂ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਨੂੰ। ਬੀਤੇ ਦਿਨ ਰਵਨੀਤ ਬਿੱਟੂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ, ਜਿਹੜੇ ਕਿ ਕਾਂਗਰਸ ਦੇ ਮੌਜੂਦਾ ਐਮਪੀ ਸਨ ਲੁਧਿਆਣੇ ਤੋਂ, ਅਤੇ ਹੁਣ ਜਲੰਧਰ ਦੇ ਮੌਜੂਦਾ ਐਮਪੀ ਸੁਸ਼ੀਲ ਰਿੰਕੂ ਅਤੇ ਮੌਜੂਦਾ ਐਮਐਲਏ ਮੌਜੂਦਾ ਵਿਧਾਇਕ ਸ਼ੀਤਲ ਅੰਗੂਰਾਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਤਾਂ ਵੱਡੀ ਖਬਰ ਹੈ, ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਾਮਲ ਕਰਵਾਇਆ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋ ਗਈ ਹੈ। ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਵਿੱਚ ਵੱਡੀ ਫੇਰਬਦਲ ਦੇਖਣ ਨੂੰ ਮਿਲ ਰਹੀ ਹੈ। ਤਾਂ ਦੱਸ ਦਈਏ ਕਿ ਐਮਪੀ ਸੁਸ਼ੀਲ ਰਿੰਕੂ ਸਭ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸਨ। ਉਹਨਾਂ ਨੇ ਜਦ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਕੱਢੀ ਗਈ, ਤਾਂ ਜਲੰਧਰ ਦੇ ਮੌਜੂਦਾ ਐਮਪੀ ਸੰਤੋਖ ਸਿੰਘ ਚੌਧਰੀ ਦੀ ਹਾਰਟ ਅਟੈਕ ਕਰਕੇ ਮੌਤ ਹੋ ਗਈ ਸੀ। ਜਲੰਧਰ ਵਿਖੇ ਜ਼ਿਮਨੀ ਚੋਣਾਂ ਹੋਈਆਂ, ਉਸ ਦੇ ਵਿੱਚ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ, ਅਤੇ ਸੁਸ਼ੀਲ ਰਿੰਕੂ ਵੱਲੋਂ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਹਰਾ ਦਿੱਤਾ ਗਿਆ ਅਤੇ ਐਮਪੀ ਬਣ ਗਏ ਜਲੰਧਰ ਦੇ। ਤਾਂ ਹੁਣ ਕਾਂਗਰਸ ਤੋਂ ਬਾਅਦ ਆਪ ਦੇ ਵਿੱਚ ਆਏ, ਅਤੇ ਹੁਣ ਆਪ ਤੋਂ ਬਾਅਦ ਬੀਜੇਪੀ ਦੇ ਵਿੱਚ ਜਾ ਰਹੇ ਨੇ ਐਮਪੀ ਸੁਸ਼ੀਲ ਰਿੰਕੂ। ਤਾਂ ਜੇ ਗੱਲ ਕਰੀਏ ਵਿਧਾਇਕ ਸ਼ੀਤਲ ਅੰਗੂਰਾਲ ਦੀ, ਤਾਂ ਸ਼ੀਤਲ ਅੰਗੂਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਦੇ ਵਿਚਾਲੇ ਕੁਝ ਦਿਨਾਂ ਪਹਿਲਾਂ ਝਗੜਾ ਵੀ ਚੱਲ ਰਿਹਾ ਸੀ, ਕਹਾ ਸੁਣੀ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਸੁਸ਼ੀਲ ਰਿੰਕੂ ਦੇ ਨਾਲ ਨਾਲ ਸ਼ੀਤਲ ਅੰਗੂਰਾਲ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਵਾਲੇ ਮੌਜੂਦਾ ਸਾਂਸਦ, ਤਿੰਨ ਤਿੰਨ ਸਾਂਸਦ ਜਿਹੜੇ ਨੇ ਮੌਜੂਦਾ, ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਗੱਲ ਕਰੀਏ ਪਰਨੀਤ ਕੌਰ ਦੀ, ਉਹ ਪਟਿਆਲਾ ਦੇ ਐਮਪੀ ਸਨ, ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸਨ। ਅਤੇ ਰਵਨੀਤ ਬਿੱਟੂ ਬੀਤੇ ਦਿਨ ਜਿਹੜੇ ਕਿ ਲੁਧਿਆਣਾ ਦੇ ਐਮਪੀ ਸਨ, ਉਹ ਬੀਤੇ ਦਿਨ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਅਤੇ ਹੁਣ ਸੁਸ਼ੀਲ ਕੁਮਾਰ ਰਿੰਕੂ, ਜੋ ਕਿ ਜਲੰਧਰ ਦੇ ਮੌਜੂਦਾ ਐਮਪੀ ਨੇ, ਸਿਟਿੰਗ ਐਮਪੀ ਨੇ, ਜਿਨ੍ਹਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਬੀਜੇਪੀ ਦਾ ਪੱਲਾ ਫੜ ਲਿਆ। ਇਸ ਦੇ ਨਾਲ ਨਾਲ ਉਹ ਆਪਣੇ ਸਾਥੀ ਸ਼ੀਤਲ ਅੰਗੂਰਾਲ ਨੂੰ ਵੀ ਨਾਲ ਲਿਆਏ ਨੇ, ਜਿਹੜੇ ਕਿ ਮੌਜੂਦਾ ਐਮਐਲਏ ਨੇ ਜਲੰਧਰ ਤੋਂ ਸ਼ੀਤਲ ਅੰਗੂਰਾਲ, ਉਹਨਾਂ ਨੂੰ ਵੀ ਬੀਜੇਪੀ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਗਿਆ। ਤਾਂ ਬੀਜੇਪੀ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦਾ ਐਲਾਨ ਕੀਤਾ ਗਿਆ ਹੈ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ, ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਉਸ ਦੇ ਵਿੱਚ ਹਲਚਲ ਮੱਚ ਗਈ ਹੈ। ਬੀਜੇਪੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਜਲੰਧਰ ਤੋਂ ਸੁਸ਼ੀਲ ਰਿੰਕੂ ਸ਼ਾਮਲ ਹੋ ਗਏ ਨੇ। ਤਾਂ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੋਲ ਆਪਣਾ ਕੋਈ ਵੀ ਐਮਪੀ ਨਹੀਂ ਬਚਿਆ, ਅਤੇ ਆਮ ਆਦਮੀ ਪਾਰਟੀ ਜੋ 92 ਸੀਟਾਂ ਦੇ ਦਾਅਵੇ ਕਰਦੀ ਹੈ, ਜੋ 92 ਸੀਟਾਂ ਦੇ ਸੀਟਾਂ ਉੱਤੇ ਭਾਸ਼ਣ ਦਿੰਦੇ ਨੇ, ਉਹਨਾਂ ਦੇ ਕੋਲ ਹੁਣ 91 ਸੀਟਾਂ ਬਚ ਗਈਆਂ ਨੇ, ਕਿਉਂਕਿ ਸ਼ੀਤਲ ਅੰਗੂਰਾਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਉਹਨਾਂ ਦੀ ਸੀਟ 'ਤੇ ਹੁਣ ਜ਼ਿਮਨੀ ਚੋਣਾਂ ਹੋਣਗੀਆਂ। ਇਹ ਕਦੋਂ ਹੋਣਗੀਆਂ, ਇਸ ਦਾ ਐਲਾਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਟਾਈਮ ਰਹਿੰਦੇ ਕੀਤਾ ਜਾਵੇਗਾ, ਪਰ
ਜਲੰਧਰ ਦੇ ਲੋਕਾਂ ਦੇ ਲਈ ਵੱਡਾ ਝਟਕਾ ਹੈ ਕਿਉਂਕਿ MLA ਅਤੇ MP ਇੱਕੋ ਸਾਥ BJP ਦੇ ਵਿੱਚ ਸ਼ਾਮਲ ਹੋ ਗਏ ਨੇ, ਤਾਂ ਜਿਹੜੀ MLA ਦੀ ਸੀਟ ਹੈ ਉਹ ਵੇਕੰਟ ਹੋ ਗਈ ਹੈ। ਦੁਬਾਰਾ ਤੋਂ ਇੱਥੇ ਮੁੜ ਜ਼ਿਮਨੀ ਚੋਣਾਂ ਹੋਣਗੀਆਂ ਅਤੇ ਜਲੰਧਰ ਦੇ ਲੋਕਾਂ ਨੂੰ ਮੁੜ ਵੋਟਾਂ ਪਾਉਣੀਆਂ ਪੈਣਗੀਆਂ। ਤਾਂ ਇੱਕ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਵੋਟਾਂ ਪਾਉਣਗੇ, ਫਿਰ ਜ਼ਿਮਨੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣਗੇ। ਪਹਿਲਾਂ ਵੀ MP ਦੀ ਸੀਟ ਜਿੱਥੇ ਰਿੰਕੂ ਜਿੱਤੇ ਸਨ ਉੱਥੇ ਵੀ ਜ਼ਿਮਨੀ ਚੋਣਾਂ ਹੋਈਆਂ ਸੀ, ਜਿਸ ਤੋਂ ਬਾਅਦ ਉਹ ਜਿੱਤੇ ਅਤੇ ਹੁਣ ਸ਼ੀਤਲ ਅੰਗੂਰਾਲ ਜਿਹੜੇ ਨੇ ਉਹ BJP ਦੇ ਵਿੱਚ ਸ਼ਾਮਲ ਹੋ ਗਏ ਨੇ, ਤਾਂ ਜਿਹੜੀ ਸੀਟ ਹੈ ਉਹ ਵੇਕੰਟ ਹੋ ਗਈ ਹੈ, ਖਾਲੀ ਹੋ ਗਈ ਹੈ। ਤਾਂ BJP ਦੇ ਵਿੱਚ ਸ਼ੀਤਲ ਅੰਗੂਰਾਲ ਅਤੇ MP ਰਵਨੀਤ ਬਿੱਟੂ ਸ਼ਾਮਲ ਹੋ ਗਏ ਨੇ। ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 3 ਸਿਟਿੰਗ MP ਜਿਹੜੇ ਨੇ ਉਹ BJP ਦੇ ਵਿੱਚ ਸ਼ਾਮਲ ਹੋਏ ਨੇ। ਤੁਹਾਨੂੰ ਦੁਬਾਰਾ ਤੋਂ ਨਾਮ ਗਿਣਵਾ ਦਿੰਦੇ ਹਾਂ। ਪ੍ਰਨੀਤ ਕੌਰ ਜਿਹੜੇ ਕਿ ਪਟਿਆਲਾ ਦੇ MP ਸਨ, ਰਵਨੀਤ ਬਿੱਟੂ ਜਿਹੜੇ ਕਿ ਲੁਧਿਆਣਾ ਦੇ ਸਿਟਿੰਗ MP ਸਨ, ਹੁਣ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਜਲੰਧਰ ਦੇ ਸਿਟਿੰਗ MP ਸਨ, ਅਤੇ ਉਹਨਾਂ ਨੇ ਹੁਣ BJP ਦਾ ਪੱਲਾ ਫੜ ਲਿਆ ਹੈ। BJP ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ ਦੋਨੋਂ BJP ਦੇ ਵਿੱਚ ਸ਼ਾਮਲ ਹੋ ਗਏ ਨੇ। ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ।